ਉਹਦੇ ਚ ਕਹਿੰਦੇ ਜਿਹੜੀ ਉਹ ਆਣੀ ਆ ਨਵੀਂ ਕਿਆ ਜਿਹੜੀ ਨਵੀਂ ਉਹ ਆਣੀ ਆ ਥਰਡ 14 ਸੀਜ਼ਨ ਆਣਾ ਹਾਂ 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 ਉਹ ਚ ਕਹਿੰਦੇ ਬੜੇ ਖਤਰਨਾਕ ਅਪਡੇਟ ਆ ਰਹੇ ਆ ਟੀਮ ਮੈਚ ਲੈਟਸ ਗੋ ਜਿਵੇਂ ਟੈਂਕ ਹੈ ਰੈਡੀ ਕਿਆ ਕਹਿ ਰਹੇ ਆ ਅਪਡੇਟ ਬੜਾ ਖਤਰਨਾਕ ਆ ਰਿਹਾ ਤੂੰ ਇਹੀ ਕਿਹਾ ਹੈ ਜਿਹੜਾ ਫਿਊਲ ਟੈਂਕ ਹੈ ਜਿਵੇਂ ਹਾਂ ਇੱਧਰ ਆ ਜੋ ਸਾਰੇ ਜਾਣੇ ਬੇਸ ਏ ਚ ਬੀਚ ਸੋਰੀ ਬੀਚ ਹੈ ਉਹ ਬਈ ਚੱਲ ਹੀ ਨਹੀਂ ਰਹੀ ਕੀ ਹੋ ਤੂੰ ਐਕਸਪਾਇਰ ਅ ਵੈਪਨ ਕ੍ਰੇਟ ਹਸ ਬੀਨ ਐਕਟੀਵੇਟਡ ਨੋ ਮਰਸੀ ਰੀਲੋਡਿੰਗ ਮੈਂ ਬੈਠਾ ਲੁੱਕ ਕੇ ਕੇ ਬੈਠਾ ਵੀ ਆਪਣੇ ਕੋਲ ਉਧਰ ਆਊਗਾ ਉਹ ਭਾਈ ਤੁਸੀਂ ਮਾਰੋ ਤੁਸੀਂ ਮਾਰੋ ਤੂੰ ਇਹ ਕੀ ਕਰ ਰਹੇ ਹੈ ਲੁੱਕ ਕੇ ਬੈਠਾ ਉਹ ਬੇਸ ਨਹੀਂ ਕਵਰ ਕਰਦਾ ਅੱਛਾ ਤੂੰ ਬੇਸ ਦੇ ਅੰਦਰ ਹੀ ਲੁਕਿਆ ਹੋਇਆ ਹੈ ਹਾਂ ਆ ਜਾ ਆ ਜਾ ਉਹ ਨਹੀਂ ਛੇੜਦੀ ਨਹੀਂ ਇਹ ਵੀ ਮਰ ਕੀ ਹੈ ਫੇਰ ਮਾਰ ਚਲ ਕੇ ਵੀਡੀਓ ਹੈ ਐਸ ਐਸ ਆ ਗਿਆ ਨਾ ਬਾਨ ਤੋ ਯਾਰ ਚੱਲ ਲੈਣੇ ਰੇ ਪਿੰਗ ਕੇ 300 ਸੀ ਆ ਮੇਰੇ ਤੋਂ ਸਹੀ ਹੈ ਯਾਰ ਓਏ ਮੇਰੀ ਵੀ ਆ ਗਈ ਸਹੀ ਮੈਨੂੰ ਨਹੀਂ ਪਤਾ ਲੈ ਵੀ ਤਿੰਨ ਸਕਾਰਲ ਨਾਲ ਮਾਰਤੇ ਤਿੰਨ ਮਾਰਤੇ ਵੈਕਟਰ ਨਾਲ ਹੁਣ ਆਪਾਂ ਕੱਢਣੀ ਹੈ ਕਿਊਬੀਸੀ ਬਸ ਇਹ ਤਾਂ ਕਵਰ ਐਪ The blue team will soon take over a base. The blue team has taken a base successfully. Base A has been activated. Reloading. Let's go. No mercy. ਕੋਨੇ ਮਾਰਦਾ ਆਪਣੇ ਬੇਸ ਦੇ ਅੰਦਰ ਖੜਾ Reloading. ਕੋਈ ਨਹੀਂ ਬੇਸ ਇੱਕ ਉਹ ਚੱਕ The blue team has occupied base A. A weapon crate has been activated. Oh bhai, do khich gaya ikko baar ch. ਕੁਛ ਵੀ ਨਹੀਂ ਹੈ ਉਹ ਚਾਹੀਦੀ ਹੈ ਮੇਰਾ ਬਹੁਤ ਆਈ ਦਾ ਨੋ ਮਰਸੀ ਟਾਰਗੇਟ ਡਾਊਨ ਕੈਪਚਰ ਆਪਣੇ ਦੇ ਨਾ ਬੇਸ ਤਾਂ ਕੈਪਚਰ ਕਰੋ ਯਾਰ ਬੇਸ ਨਹੀਂ ਛੱਡ ਸਕਦੇ ਰੀਲੋਡਿੰਗ ਕਿਲ ਨਾਈਸ ਸ਼ਾਟ ਦ ਬਲੂ ਟੀਮ ਇਜ਼ ਲੀਡਿੰਗ ਐਂਡ ਡੋਮਿਨੇਸ਼ਨ ਐਂਟਰਸ ਦ ਸੈਕੰਡ ਹਾਫ
ਯਾਰ ਮਰਦੇ ਹੀ ਨਹੀਂ ਇਹ ਤਾਂ ਕਿਆ ਏ ਛੱਡ ਦੇ ਭਾਈ ਯਾਰ ਮੇਰੇ ਤਾਂ ਜਮਾ ਤਾਂ ਨਹੀਂ ਮਰ ਰਹੇ ਸੀ ਤੇ ਮੇਰੀ 420 ਆ ਸ਼ਿਟ ਬੇ ਯਾਰ ਨੀਡ ਕਰਕੇ ਦੇਖੋ ਚਾਰ ਨੰਬਰ ਵੀ ਤਾਂ ਯਾਰ ਇੱਕ ਮਿੰਟ ਭਈਆ ਨਹੀਂ ਦੀ